हाँ दुनिया टूटी पई है, पड़कदी पई है, आसरा नहीं गा कहिए जे आसरा है नहीं कोई बिरले गुरमुख ने जिन्हों का तन मन श्री गुरु ग्रंथ साहब जी दे पेट है। कोई बिरले गुरमुख ने जिन्हां ने अपना निशाना गुरु नूं बना के ते होर कोई निशाना नहीं रखिया। कहिंदे जी हरिमंदर साहिब ही जांदे आ धागे तवीत भी कराई जांदे आ, यंत्र मंत्र भी कराई जांदे आ, फिर काहदे जांदे हरिमंदर साहिब? जिहड़े हरी मंदर दे विच जांदे आ उहनां नूं किसी भी चीज़ की लोड़ नहीं। जिहड़े गुरु दे चरणां 'च जांदे ਸਾਡੇ ਮੁਸ਼ਕਲਾਂ ਆਈਆਂ, ਪਰਿਵਾਰ 'ਤੇ ਦੁੱਖ ਤਕਲੀਫਾਂ ਆਏ, ਮਹਾਂਪੁਰਸ਼ ਪ੍ਰੀਖਿਆ ਕਰਦੇ ਆ ਕਿਸੇ ਤਰੀਕੇ ਵੀ ਉਹ ਮੁਸ਼ਕਲਾਂ ਸੰਕਟ ਘਟੇ ਨਾ, ਵਧੀ ਜਾਣ। ਮਨ 'ਚ ਆਉਂਦਾ ਇਹਦੇ ਉਪਾਅ, ਇਹਦੀ ਰੋਕਥਾਮ, ਇਹਦਾ ਕੁਝ ਹੋਵੇ ਤਾਂ ਬਾਬਾ ਜੀ ਹੀ ਦਿਸਦੇ ਸੀ। ਬਾਬਾ ਕੁੰਦਨ ਸਿੰਘ ਜੀ ਗੁਰਦੁਆਰੇ ਅਰਦਾਸਾਂ ਬੇਨਤੀਆਂ ਕਰਨੀਆਂ ਉਹਨਾਂ ਕੋਲ ਕਰਨੀਆਂ ਅਤੇ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਉਹ ਇੱਕ ਫਲਾਣਾ ਕਾਲੇ ਚੋਲੇ ਵਾਲਾ ਹੈਗਾ ਹੈ, ਉਹ ਬੜਾ ਜਾਣਦਾ, ਉਹਦੇ ਕੋਲ ਜਾਇਓ। ਕਿਸੇ ਨੇ ਦੱਸਿਆ ਜੀ ਫਲਾਣੇ ਥਾਂ 'ਤੇ ਇੱਕ ਮਾਈ ਹੈਗੀ, ਬੜੀਆਂ ਪੁੱਛਾਂ ਦਿੰਦੀ ਹੈ। ਬਾਬਾ ਜੀ ਕਹਿੰਦੇ ਭਾਈ ਉਹਨਾਂ ਕੋਲ ਜਾਇਓ, ਪਿਤਾ ਜੀ ਮੇਰੇ ਸਨ। ਹੁਣ ਇਹ ਪ੍ਰੀਖਿਆ ਸੀ ਮਹਾਂਪੁਰਖ ਦੀ, ਭੇਜਦੇ ਨਹੀਂ ਉਹ ਪ੍ਰੀਖਿਆ ਕਰਦੇ ਆ, ਪੱਕੀਆਂ ਕਰਦੇ ਆ। ਬਾਬਾ ਜੀ ਨੂੰ ਸਾਡੇ ਪਿਤਾ ਜੀ ਕਹਿੰਦੇ ਜੀ ਕਿਸੇ ਕਾਲੇ ਚੋਲੇ ਵਾਲੇ ਕੋਲ, ਕਿਸੇ ਯੰਤਰ ਮੰਤਰ ਵਾਲੇ ਕੋਲ, ਕਿਸੇ ਧਾਗੇ ਤਵੀਤ ਵਾਲੇ ਕੋਲ ਸਾਡਾ ਮਨ ਮੰਨਦਾ ਨਹੀਂ। ਸਾਡਾ ਮਨ ਤਾਂ ਮੰਨਿਆ ਹੈ ਗੁਰੂ ਗ੍ਰੰਥ ਸਾਹਿਬ ਜੀ 'ਤੇ ਜਾਂ ਗੁਰੂ ਸਾਹਿਬ ਨੂੰ ਮੰਨਣ ਵਾਲੇ ਮਹਾਂਪੁਰਖਾਂ 'ਤੇ। ਆਖੋ ਜੀ ਸਾਡਾ ਨਹੀਂ ਮਨ ਮੰਨਦਾ। ਹੁਣ ਮੈਨੂੰ ਦੂਜੇ ਪਾਸੇ ਨਾ ਭੇਜੋ, ਜੇ ਤੂੰ ਮਿੱਤਰ ਸਾਜੜਾ ਹੋਰੀ ਨਾ ਵਿਛੋੜ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵਿਖਾੜ। ਇਹ ਪ੍ਰੀਖਿਆ ਹੈ, ਕਸਵੱਟੀ ਹੈ। ਕਈਆਂ ਨੇ ਕਿਹਾ ਤੁਸੀਂ ਬਚਨ ਤਾਂ ਮੰਨੋ। ਕਹਿੰਦੇ ਬਾਬਾ ਜੀ ਸਾਡਾ ਮਨ ਨਹੀਂ ਮੰਨਦਾ, ਅਸੀਂ ਨਹੀਂ ਹੋਰ ਕਿਤੇ ਜਾਣਾ, ਦੂਜੀ ਜਾਏ ਨਾ ਸੁੱਜੇ, ਕਿੱਥੇ ਕੂਕਣ ਜਾਓ, ਇੱਕ ਦਰ ਹੀ ਲੱਭਿਆ ਏ, ਇੱਕ ਥਾਂ ਹੀ ਲੱਭਿਆ ਏ। ਕਹਿੰਦੇ ਇੱਥੇ ਤਾਂ ਜਿੰਨਾ ਮਰਜ਼ੀ ਰੋਈ ਜਾਓ, ਜਿੰਨਾ ਮਰਜ਼ੀ ਕੂਕੀ ਜਾਓ, ਜਿੰਨੀਆਂ ਮਰਜ਼ੀ ਬੇਨਤੀਆਂ ਕਰੀ ਜਾਓ, ਪਰ ਦੂਜੀ ਥਾਂ ਨਾ ਕਰਿਓ। ਕੇਸੋ ਕੇਸੋ ਕੂਕੀਏ ਨਾ ਸੋਈਏ ਅਸਾਰ, ਭਾਵੇਂ ਸੌਂ ਹੀ ਨਾ, ਕਰੀ ਜਾ ਗੁਰੂ ਅੱਗੇ ਬੇਨਤੀਆਂ ਕਿ ਜੀ ਮੇਰਾ ਕਰੋ ਕੰਮ। ਕਹਿੰਦੇ ਪਿੱਛੇ ਹੀ ਪੈ ਜਾ ਗੁਰੂ ਦੇ, ਪਰ ਹੋਰ ਥਾਂ 'ਤੇ ਮਤ ਜਾਵੀ, ਜੇ ਜਾਏਗਾ ਤਾਂ ਲਾਜ ਲੱਗੇਗੀ। ਆਖੋ ਸੀ ਹੋਰ ਥਾਂ 'ਤੇ ਨਾ ਜਾਈ, ਹੋਰ ਕਿਸੇ ਹੀ ਕੇ ਮਤ ਹੀ ਜਾਏ, ਹੋਰ ਥਾਂ 'ਤੇ ਨਾ ਜਾਵੀਂ। ਗੁਰੂ ਅੱਗੇ ਜਿੰਨਾ ਮਰਜ਼ੀ ਮੰਗਣਾ, ਸਾਧ ਸੰਗਤ ਵਿੱਚ ਜਿੰਨੀਆਂ ਮਰਜ਼ੀ ਬੇਨਤੀਆਂ ਕਰ ਲਾ, ਗੁਰੂ ਦੀ ਸਾਧ ਸੰਗਤ 'ਚ ਹੋਰ ਥਾਂ 'ਤੇ ਨਹੀਂ ਜਾਣਾ। ਜੇ ਕੋਈ ਵੀ ਦੁੱਖ ਸੁੱਖ ਮੁਸ਼ਕਲ ਆਇਆ ਹੈ, ਨਹੀਂ ਇਹ ਦੁੱਖ ਸੁੱਖ ਮੁਸ਼ਕਲ, ਇਹ ਤਾਂ ਗੁਰੂ ਦੇ ਕੌਤਕ ਨੇ, ਇਹ ਗੁਰੂ ਦੇ ਕੌਤਕ ਨੇ। ਇਹ ਲੰਘ ਜਾਣਗੀਆਂ ਘੜੀਆਂ, ਪਰ
ਮੁਸ਼ਕਲਾਂ ਆਈਆਂ ਤੈਨੂੰ ਦਰ ਦਰ 'ਤੇ ਰੋਲਿਆ ਅਤੇ ਮੁਸ਼ਕਲਾਂ ਮੁਸ਼ਕਲਾਂ ਬਣ ਗਈਆਂ। ਜੇ ਮੁਸ਼ਕਲਾਂ ਆਈਆਂ ਤੂੰ ਦਰ ਦਰ 'ਤੇ ਨਹੀਂ ਰੁਲਿਆ, ਗੁਰੂ ਅੱਗੇ ਰੁਲਿਆ ਏ, ਮੁਸ਼ਕਲਾਂ ਨਹੀਂ, ਮੁਸ਼ਕਲਾਂ ਤਾਂ ਬਣ ਗਈ ਭਗਤੀ, ਮੁਸ਼ਕਲਾਂ ਤਾਂ ਬਣ ਗਈ ਬੰਦਗੀ, ਮੁਸ਼ਕਲਾਂ ਨੇ ਨਾ ਤੈਨੂੰ ਗੁਰੂ ਦਿਖਾ ਦਿੱਤਾ। ਇਹ ਆਉਣ ਤਕਲੀਫਾਂ ਦੁੱਖ ਆਉਣ, ਪਰ ਗੁਰੂ ਤੋਂ ਬਗੈਰ ਦੂਜਾ ਪਾਸਾ ਨਾ ਦਿਸੇ, ਗੁਰੂ ਹੀ ਦਿਸੇ, ਫਿਰ ਤਾਂ ਸਾਡੀ ਬਣ ਗਈ ਬੰਦਗੀ, ਸਾਡਾ ਬਣ ਗਿਆ ਵਿਸ਼ਵਾਸ, ਸਾਡਾ ਹੋ ਗਿਆ ਦੀਨ ਅਮਾਣ ਕਾਇਮ। ਜਿਨ੍ਹਾਂ ਦਾ ਦੀਨ ਅਮਾਣ ਨਹੀਂ ਕਾਇਮ, ਉਹ ਜਿੱਥੇ ਮਰਜ਼ੀ ਚਲੇ ਜਾਣ, ਧਾਗੇ ਤਵੀਰ ਕਰ ਲੈਣ, ਯੰਤਰ ਮੰਤਰ ਪੜ੍ਹਾ ਲੈਣ, ਫੂਕਾਂ ਮਰਵਾ ਲੈਣ, ਮਰਨਗੇ ਫਿਰ ਵੀ, ਕਿਉਂਕਿ ਗੁਰੂ ਨਹੀਂ ਹੈਗਾ ਉਹਨਾਂ ਕੋਲ, ਗੁਰੂ ਦੀ ਪੱਕਾ ਵਿਸ਼ਵਾਸ ਨਹੀਂ ਮਿਲਿਆ। ਫਿਰ ਫਿਰ ਕੇ ਧੱਕੇ ਖਾ ਖਾ ਕੇ ਗੁਰੂ ਦਾ ਦੁਆਰਾ ਮਿਲ ਜਾਏ ਤਾਂ ਲੱਖ ਵੱਟਿਆ ਗਿਆ, ਅਤੇ ਜੇ ਫਿਰ ਫਿਰ ਕੇ ਧੱਕੇ ਖਾ ਖਾ ਕੇ ਗੁਰੂ ਦਾ ਦੁਆਰਾ ਛੁੱਟ ਜਾਏ ਤਾਂ ਕਰੋੜਾਂ ਅਰਬਾਂ ਦਾ ਘਾਟਾ ਹੈ, ਤੈਨੂੰ ਜਨਮ ਜਨਮ ਦਾ ਘਾਟਾ ਹੈ। ਜੇ ਗੁਰੂ ਤੋਂ ਦੂਰ ਹੋ ਗਏ, ਜੋ ਵੀ ਮੁਸ਼ਕਲ ਦੁੱਖ ਸੁੱਖ ਆਉਂਦਾ ਹੈ, ਇਹ ਤੈਨੂੰ ਇੱਟਾਂ ਕੱਚੀਆਂ ਨੂੰ ਤਾ ਦਿੱਤੇ ਜਾਂਦੇ ਆ ਭਾਈ ਪੱਕੀਆਂ ਕਰਨ ਵਾਸਤੇ। ਫੁੱਲ ਨਹੀਂ ਸ਼ਿੰਗਾਰੇ ਜਾਂਦੇ ਕੱਚੀਆਂ ਇੱਟਾਂ ਨੂੰ ਪੱਕੀਆਂ ਕਰਨ ਵਾਸਤੇ, ਰੋਟੀਆਂ ਨੂੰ ਤਾ ਦਿੱਤੇ ਜਾਂਦੇ ਕੱਚੀਆਂ ਨੂੰ ਪੱਕੇ ਕਰਨ ਵਾਸਤੇ, ਫਲਾਂ ਨੂੰ ਹੀੜ ਦਿੱਤੀ ਜਾਂਦੀ ਹੈ ਪੱਕੇ ਕਰਨ ਵਾਸਤੇ। ਜਿਹੜੇ ਜਾਨਵਰ ਬੱਚੇ ਕੱਢਦੇ ਨੇ ਆਂਡਿਆਂ 'ਚ, ਉਹਨਾਂ ਆਂਡਿਆਂ ਨੂੰ ਤਾ ਦਿੰਦੇ ਆ, ਹੀੜ ਦਿੰਦੇ ਆ, ਤਾਂ ਹੀ ਬੱਚੇ ਨਿਕਲਦੇ ਆ ਭਾਈ। ਇਸ ਕਰਕੇ ਜਿਨ੍ਹਾਂ ਨੂੰ ਦੁੱਖ ਸੁੱਖ ਨਹੀਂ ਆਏ, ਜਿਨ੍ਹਾਂ ਨੂੰ ਤਕਲੀਫਾਂ ਨਹੀਂ ਆਇਆ, ਜਿਹਨੂੰ ਕੁਛ ਜਾਣਿਆ ਨਹੀਂ, ਤਿੰਨ ਸੁੱਖ ਰਹਿਣ ਵਿਹਾਏ, ਉਹ ਜਿੱਥੇ ਮਰਜ਼ੀ ਤੁਰੇ ਫਿਰਨ। ਜਿਨ੍ਹਾਂ ਆਂਡਿਆਂ ਨੂੰ ਹੀਟ ਆਈ, ਉਹਨਾਂ ਆਂਡਿਆਂ ਦੇ ਬੱਚੇ ਬਣ ਗਏ ਜਾਨਵਰ ਬਣ ਗਏ, ਜਿਨ੍ਹਾਂ ਨੂੰ ਹੀਟ ਨਹੀਂ ਆਈ ਉਹ ਤਾਂ ਰਿਝਦੇ ਫਿਰਦੇ, ਸੜਦੇ ਫਿਰਦੇ, ਮਰਦੇ ਫਿਰਦੇ, ਉਹ ਤਾਂ ਦੂਜੀ ਦੂਜੀ ਵਾਰ ਸੜਦੇ ਆ।